स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज दूजी वीडियो इस घर दे विचों बरगाड़ी शहर तहसील जैतो ते जिला फरीदकोट। अज दी वीडियो च तीन नग दोस्तों गावां दे दिखाउणे आ। व्यापार दा इहनां दा कम रूटीन च गाइयां आउंदियां। पिछली वीडियो च दो गावां दी वीडियो बनाई सीगी ते अज तुहानू तीन गावां दिखावांगे। डिटेल दोस्तों सारी बाई तो पुछांगे। वीडियो नूं एंड तक देखो। जिहड़ा ओह पशु तुहाडे पसंद आ जूगा इत्थे आ के देख के आपदी तसल्ली दे नाल तुसीं खरीद सकदे हो। आओ बाई नाल गल्लबात करदे। बाई सत श्री अकाल। नाम दस्सी वीर। अवतार वीर जी। अवतार वीर जिहड़ी इधर पहले नंबर ते गां इहदा सूआ कहिंदा इह दूजा सूआ बाई जी। ठीक है। किन्ना चिर लैंदी सूआ? बस जी हफ्ता कु लोगी बाई जी। इक हफ्ता लै जी। हांजी हांजी। ठीक है। की इहदा रेट रख्या? इहदा बाई जी 65000 रुपए। ठीक है। खोलीआं दोस्तों बहुत चंगी गां एक हफ्ते की कच्ची है। हजे कोई पुड़ा नहीं नवाया। हवाना इथों देख लो। बाकी जो तुरोगे उदो तुहानू दस जाना। बहुत वड्डा हवाना बनाऊगी। रेट मौके ते कुछ घट जूगा। 65000 डिमांड रखी है। सोहनी बाडी बनतर है। बहुत वड्डा हवाना बस। ठीक है वीरे मोड़ ला दोस्तों। एक गां बहुत चंगे हवाने दी है। बहुत सोहना ही थान है। बाकी जिहड़ा वीर खरीदना आऊगा इस नूं तुसीं देख के किरां आ जाओ। पर इत्थों मुड़ोंगे नहीं क्योंकि कमी कितों दिसदी नहीं गी। सोहणे थान है। मुक्की वाला थान है। बाकी हवाना जिहड़ा दोस्तों अजे इक हफ्ते की कच्ची है। कूड़ा उत्थों नवाया नहीं गा तो बहुत वड्डा बना जाणा। इत्थों तुसीं इहदा हवाने की बनतर देख सकदे हो। बहुत वधिया। अगे एक होर उच्चे लंबे कद काठ चा गां दोस्तों उहदे बारे बाई तों पुछदे आ। ਬਈ ਜਿਹੜੀ ਦੋ ਨੰਬਰ ਤੇ ਗਾਂ ਇਹਦਾ ਸੂਆ ਇਹਦਾ ਬਈ ਦੂਜਾ ਸੂਆ ਜੀ। ਦੂਜਾ ਸੂਆ ਜੀ ਇਹਦਾ ਇਹਦਾ ਕਿੰਨਾ ਚਿਰ ਰਹਿੰਦਾ? ਇਹਦੇ ਵੀ ਬਸ ਹਫ਼ਤਾ ਘੇ ਲੈਣਾ ਬਈ ਜਾਣੇ ਦੀ। ਠੀਕ ਹੈ। ਇਹਦਾ ਰੇਟ ਕੀ ਰੱਖਿਆ? ਇਹਦਾ ਵੀ 65000 ਰੁਪਏ ਬਈ ਜੀ। ਖੋਲੀ ਬਈ ਦੱਸੋ ਥਣ ਇਹਦੇ ਥੋੜੇ ਜਿਹੇ ਨੇੜ ਹੈ ਉਹ ਇੱਥੋਂ ਤੁਸੀਂ ਦੇਖ ਹੀ ਲੈਣੇ ਆ। ਕਾਦੇ ਦਾ ਬਹੁਤ ਹੈ। ਵੱਡੀ ਗਾਂ ਦੂਜੀ ਦੇ ਮੁਕਾਬਲੇ ਕੱਦ ਥੋੜਾ ਵੱਧ ਹੈ। ਬਾਕੀ ਜਦੋਂ ਤੁਰੋ ਜਦੋਂ ਹਵਾਨਾ ਦਿਸ ਜੂਗਾ। ਸੋਹਣਾ ਮੂੰਹ ਮੱਥਾ ਦੂਜਾ ਸੂਆ ਜੀ ਇਹਦਾ। ਹਵਾਨਾ ਇਹਦਾ ਵੀ ਦੋਸਤੋ ਹਜੇ ਹਫ਼ਤਾ ਪਿਆ ਤੇ ਵੱਡਾ ਹੀ ਬਣਾਊਗੀ। ਆਪਸ ਵਿੱਚ ਬਿੱਛੀ ਦੋਸਤੋ ਚੰਗੀ ਹੈ ਤੇ ਅੱਗੇ ਪਿੱਛੇ ਬਿੱਛੀ ਥੋੜੀ ਜਿਹੀ ਘੱਟ ਹੈ ਸਣਾ ਦੇ ਵਿੱਚ। ਇਹ ਹਵਾਨਾ ਬਸ ਮੋੜ ਲੱਗ ਰਿਹਾ। ਹਵਾਨਾ ਦੋਸਤੋ ਇਸੇ ਤਰ੍ਹਾਂ ਦੇਖ ਲਓ। ਥੋੜੀ ਜਗ੍ਹਾ ਦੀ ਗੱਲ ਤਾਂ ਹੈਗੀ ਇੱਥੇ। ਫਿਰ ਵੀ ਕੋਸ਼ਿਸ਼ ਆ ਵੀ ਪਸ਼ੂ ਤੁਹਾਨੂੰ ਚੰਗੀ ਤਰ੍ਹਾਂ ਦਿਖਾਇਆ ਜਾਵੇ। ਇਹਦਾ ਮੂੰਹ ਮੱਥਾ ਵੀ ਬਹੁਤ ਸੋਹਣਾ ਦੋਸਤੋ। ਸੋਹਣਾ ਰੰਗ ਰੂਪ ਹੈ ਗਾਂ ਦਾ। ਹਵਾਨਾ ਤੁਸੀਂ ਹੁਣ ਦੇਖ ਲਓ ਚੰਗੀ ਤਰ੍ਹਾਂ ਉੱਥੇ ਦਿਸ ਜੂਗਾ ਕਿਉਂਕਿ ਬਾਹਰ ਧੁੱਪ ਜਿਹੜੀ ਉਹ ਵੀ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ। ਇਹਦਾ ਵੀ ਹਵਾਨਾ ਵੱਡਾ। 65000 ਇਹਦੀ ਡਿਮਾਂਡ ਹੈ। ਸੋ ਇਹ ਦੋਵੇਂ ਗਾਵਾਂ ਬਹੁਤ ਸੋਹਣੀਆਂ। ਇੱਕ ਇੱਧਰ ਕ੍ਰੋਸ ਬਰੀਡ 'ਚ ਗਾਂ ਬਾਈ ਕੋਲ ਬਾਈ ਇਹਦਾ ਸੂਆ ਕਿੰਨਾ? ਇਹ ਬਾਈ ਤੀਜਾ ਸੂਆ ਸੁਣੀਆਂ ਨੇ। ਤੀਜਾ ਸੂਆ ਇਹਦਾ ਕਿੰਨਾ ਕੁ ਚਿਰ ਰਹਿੰਦਾ? ਇਹਦੇ ਵੀ ਬਸ ਬਾਈ ਜੀ 7-8 ਦਿਨ ਦੇ ਪਏ ਆ। ਠੀਕ ਹੈ। ਇਹਦਾ ਰੇਟ ਕੀ ਰੱਖਿਆ? ਇਹਦਾ 45000 ਰੁਪਏ ਬਾਈ ਜੀ। ਤੋਰੀ ਖੋਲੀ ਨਹੀਂ ਦੋਸਤੋ। ਛੋਟੇ ਕੱਦ ਕਾਠਦੀ ਹੈ। ਕ੍ਰੋਸ ਬਰੀਡ ਹੈ। ਹਵਾਨਾ ਥੋੜਾ ਜਿਹਾ ਅਗਲੇ ਪਾਸੇ ਤੋਂ ਵੱਧ ਵਿਖਾਉਂਦੀ ਲੱਗਦੀ ਹੈ। ਬਾਕੀ ਹੈ ਹਵਾਨਾ ਵੱਡਾ। ਖਾਣ ਵੀ ਬਹੁਤ ਸੋਹਣਾ। ਛੋਟੇ ਕੱਦ ਕਾਠ 'ਚ ਹੈ। 45000 ਡਿਮਾਂਡ ਹੈ। ਕੁਛ ਮੌਕੇ 'ਤੇ ਰੇਟ ਜਿਹੜਾ ਉਹ ਘੱਟ ਜੂਗਾ। ਇਹ ਵੀ ਗਾਂ ਤੁਸੀਂ ਦੋਸਤੋ ਦੇਖ ਸਕਦੇ ਹੋ। ਬਾਲੇ ਆ ਵੀਰੇ ਮੋੜ ਲਾ। ਜਦੋਂ ਮੁੜੂਗੀ ਦੋਸਤੋ ਉਦੋਂ ਹਵਾਨਾ ਦੇਖੋ। ਬਹੁਤ ਵੱਡਾ ਹਵਾਨਾ ਲੱਤਾਂ ਦੇ ਸੰਨ 'ਚ ਹੈ। ਪਿਛਾਂ ਨੂੰ ਹਵਾਨਾ ਥੋੜ੍ਹਾ ਜਿਹਾ ਇਹ ਘੱਟ ਦਿਖਾਉਂਦੀ ਹੈ ਪਰ ਇੱਥੋਂ ਤੁਹਾਨੂੰ ਹਵਾਨਾ ਦਿਸ ਗਿਆ ਹੋਊ। ਜਦੋਂ ਇੱਧਰ ਨੂੰ ਮੁੜੂਗੀ ਉਦੋਂ ਵੀ ਹਵਾਨਾ ਤੁਹਾਨੂੰ ਦਿਖਾ ਦੂੰਗਾ ਇਹਦਾ। ਛੋਟੇ ਕੱਦ ਕਾਠ ਦੀ 45000 ਡਿਮਾਂਡ ਹੈ। ਹਵਾਨਾ ਦੇਖ ਸਕਦੇ ਹੋ ਤੁਸੀਂ ਇੱਥੋਂ। ਬਾਕੀ ਥਣ ਦਾ ਪੈਰ ਵੀ ਬਹੁਤ ਚੰਗਾ। ਇਹਦਾ ਦੋਸਤੋ ਹਵਾਨੇ ਦਾ ਰੁੱਖ ਤੁਸੀਂ ਦੇਖ ਸਕਦੇ ਹੋ ਇੱਥੋਂ। ਸੋ ਦੋਸਤੋ ਅੱਜ ਜਿਹੜੇ ਬਾਈ ਕੋਲ ਨਾਗ ਸੀਗੇ ਹੋਏ ਤਿੰਨ। ਵਪਾਰ ਦਾ ਕੰਮ ਰੂਟੀਨ 'ਚ ਗਾਵਾਂ ਆਉਂਦੀਆਂ। ਕੰਟੈਕਟ 'ਚ ਰਹਿ ਸਕਦੇ ਹੋ ਦੋਸਤੋ ਜੇ ਇਹਨਾਂ ਤੋਂ ਬਿਨਾਂ ਵੀ ਕੋਈ ਗਾਂ ਖਰੀਦਣੀ ਹੋਵੇ ਤਾਂ, ਕਿਉਂਕਿ ਡੇਲੀ ਆਂਗ ਗਾਈਆਂ ਜਿਹੜੀਆਂ ਇਹਨਾਂ ਕੋਲ ਆਉਂਦੀਆਂ। ਸੋ ਧੰਨਵਾਦ ਵੀਡੀਓ ਦੇਖਣ ਵਾਸਤੇ। ਪਸ਼ੂ ਦੋਸਤੋ ਕਿਤੋਂ ਵੀ ਖਰੀਦੋ, ਤਸੱਲੀ ਤੁਸੀਂ ਕਰਨੀ ਹੈ, ਤੁਹਾਡਾ ਹੱਕ ਹੈ। ਸੋ ਤੁਸੀਂ ਤਸੱਲੀ ਹਰੇਕ ਪੱਖ ਤੋਂ ਪਸ਼ੂ ਦੀ ਕਰ ਸਕਦੇ ਹੋ। ਧੰਨਵਾਦ।